ਸਾਡੇ ਵਰਗੇ ਨੂੰ ਆਸਟ੍ਰੇਲੀਆ ਸੱਦ ਕੇ ਬਹੁਤ ਵੱਡਾ ਪਿਆਰ ਦਿੱਤਾ ਹੈ। ਮੈਂ ਕੱਲੇ ਮੇਰੇ ਵੀਰ ਦਾ ਮੈਂ ਖਹਿਰੇ ਨੂੰ ਨਹੀਂ ਆਖਾਂਗਾ। ਖਹਿਰੇ ਨੇ ਆਖਿਆ ਸੀ ਕਿ ਅਸੀਂ ਤੇਰੇ ਲਈ ਕੁਛ ਨਹੀਂ ਕੀਤਾ, ਆਪਣੇ ਨਾਲ ਕੁਛ ਨਹੀਂ ਕੀਤਾ, ਇਹ ਮੇਰੇ ਨਗਰ ਨੇ ਕੀਤਾ ਜੋ ਵੀ ਕੀਤਾ, ਕਿਉਂਕਿ ਇਲਾਕਾ ਜਿਹੜਾ ਮਾਝਾ ਹੈ ਇਹ ਧਰਤੀ ਨੇ ਪਹਿਲੀਆਂ ਤੋਂ ਲੈ ਕੇ ਸਾਨੂੰ ਬਹੁਤ ਕੁਛ ਦਿੱਤਾ ਹੈ। ਅੱਜ ਮੈਚ ਬਹੁਤ ਸਨ, ਰਜੇਵੇਂ ਬਹੁਤ ਸੀਗੇ, ਪਰ ਕਹਿੰਦੇ ਹੁੰਦੇ ਆ ਜਿਨ੍ਹਾਂ ਨੇ ਸਾਨੂੰ ਆਸਟ੍ਰੇਲੀਆ ਸੱਦ ਕੇ ਇੰਨਾ ਪਿਆਰ ਦਿੱਤਾ, ਅਸੀਂ ਕਿਵੇਂ ਉਹਨਾਂ ਦਾ ਕਹਿਣਾ ਮੋੜਾਂਗੇ। ਦਿਲੋਂ ਦੁਆਵਾਂ ਹੈ, ਬਸ ਪਰਮਾਤਮਾ ਚੜ੍ਹਦੀ ਕਲਾ ਰੱਖੇ। ਰੇਡ ਪੈਣ ਲੱਗੀ ਆ, ਵੱਡੇ ਬਾਈ ਚੱਕ ਮੈਂ ਕਾਰਗਲ ਮੁੰਡੇ ਦੀ ਪਹਿਲੀ ਰੇਡ ਅਮਰੀਕ ਜੀ ਇਹਨੂੰ ਆ ਬੁੱਢਾ ਥੇ ਦੀ ਧਰਤੀ ਦਾ ਜਿਸ ਨੌਜਵਾਨ ਦੇ ਰੇਡ ਪਾ ਦਿੱਤੀ ਹੈ। ਇੱਕ ਕੰਨੀ ਦੇ ਪੱਧਰੀ ਬੜਾ ਰਾਜਾ, ਨਾਲ ਵੇਖਾਂਗਾ ਪੂਲਿਆਂ ਵਾਲਾ, ਨਾਲ ਕੱਚੇ ਪੱਕੇ ਵਾਲਾ ਮਨਦੀਪ, ਆ ਵਾ ਪੱਧਰੀ ਵਾਲਾ ਰਾਜਾ, ਇੱਕ ਡਾ ਕੇ ਖੜ ਗਿਆ ਦੂਜੇ ਪਾਸੇ ਨੂੰ, ਤੇ ਇੱਕ ਪਾਸੇ ਰਾਜਾ ਆ ਵਿੱਚ ਗਲੀ ਦੇ ਹੋ ਗਏ ਟਾਕਰੇ, ਖੜ ਗਿਆ ਬਾਹੋਂ ਫੜ ਕੇ, ਪਾਣੀ ਪਾਣੀ ਹੋ ਗਈ ਮਿੱਤਰਾ, ਤੱਕ ਤੱਕ ਸੀਨਾ ਧੜਕੇ। ਆਓ ਸਾਹਮਣੇ, ਫੜਿਆ ਵੀ ਕੁਝ ਨਹੀਂ, ਛੱਡਿਆ ਵੀ ਕੁਝ ਨਹੀਂ, ਆਓ ਸਾਹਮਣੇ, ਕਮਾਲ ਹੋ ਗਈ। ਵਾਓ ਗੱਭਰੂ ਹੈ, ਵਕਤ ਤੋਂ ਮੈਂ ਖੁੰਝ ਗਈ, ਆਓ ਕੱਚਾ ਦੇਖ ਨਾ ਲਿਆ ਟੜਕਾ ਕੇ, ਉਧਰ ਕਹਿੰਦੇ ਮਿੰਟੂ ਖਹਿਰਾ ਆਇਆ ਹੋਇਆ ਹੈ, ਸੁਰਿੰਦਰ ਖਹਿਰਾ ਵੱਡਾ ਵੀਰ ਹੈ, ਮਨੂ ਵਰਗੇ ਭਰਾ, ਪਤਾ ਲੱਗਾ ਵੀ ਵੀਰ ਕਹਿੰਦੇ ਇੰਡੀਆ ਆਏ ਹੋਏ ਹੈ। ਧੰਨਵਾਦ ਆ ਪਰਮਾਤਮਾ ਚੜ੍ਹਦੀ ਕਲਾ ਰੱਖੇ ਇਹਨਾਂ ਸਾਰੇ ਵੀਰਾਂ ਨੂੰ। ਆ ਗੋਪੀ ਆ ਤੇਜਾ ਸਿੰਘ ਵਾਲੇ ਪਿੰਡ ਦਾ, ਢਾਈ ਢਾਈ ਤਿੰਨ ਤਿੰਨ ਲੱਖ ਰੁਪਈਆ ਕਹਿੰਦੇ ਟਿਕਟਾਂ ਦੇ ਲਾ ਕੇ ਆ ਮੁੰਡੇ ਨੂੰ ਆਸਟ੍ਰੇਲੀਆ ਸੱਦਿਆ ਹੈ, ਜਿਹਨਾਂ ਨੂੰ ਅੱਜ ਮੇਲਾ ਮੇਰੇ ਮਿੱਤਰੋ। ਆ ਮਲਕੀਤ ਆ ਗਿਆ ਕਾਰਗਲ ਮੁੰਡੇ ਦੀ, ਰੇਡ ਪਾਉਣ ਦੇ ਲਈ ਨੌਜਵਾਨ ਦੇ ਪਰਤੇ ਥਾਪੀ ਮਾਰ ਦਿੱਤੀ ਹੈ, ਬਹੁਤੀ ਬਣੀ ਹੋਈ ਸੋਹਣੀ ਚੈਨ ਦੇ ਵਿੱਚੋਂ ਕੌਣ ਗੁੱਟ ਫੜਦਾ, ਕੌਣ ਲੱਤੀ ਲੱਗਦਾ, ਆਹ ਪੱਧਰੀ ਵਾਲਾ ਰਾਜਾ ਇੱਕ ਡਾ ਕੇ ਖੜ ਗਿਆ, ਪੱਧਰੀ ਵਾਲੇ ਕੋਲੋਂ ਪੁਆਇੰਟ ਲੈਣਾ, ਆਹ ਖਾਲਾ ਜੀ ਦਾ ਵਾਰਾ ਰੇ, ਖਾਲਾ ਜੀ ਦਾ ਵਾਰਾ ਰੇ, ਖਾਲਾ ਜੀ ਦਾ ਵਾਰਾ ਰੇ, ਮੈਨੂੰ ਲੱਗਦੀ ਗੱਲ ਅਮਰੀਕ ਗੱਲਾਂ ਕਹਿੰਦੇ ਲੱਗਣਗੀਆਂ ਟਿਕਾਣੇ। ਮੈਨੂੰ ਲੱਗਦਾ ਪਾਲਾ ਢਿੱਲਵਾਂ ਤੇ ਵੀ ਪੁੱਜ ਸਕਿਆ, ਕਿਉਂਕਿ ਉੱਥੇ ਬਹੁਤ ਵੱਡੇ ਬਿਜ਼ਨਸ ਹੈ ਮੁੰਡਿਆਂ ਦੇ, ਉੱਥੇ ਵੀ ਕੋਈ ਨਾ ਕੋਈ ਚਾਹੀਦਾ। ਦਿਲੋਂ ਧੰਨਵਾਦ ਹੈ, ਕਹਿੰਦੇ ਪਾਲਾ ਢਿੱਲਵਾਂ ਵੱਡਾ ਵੀਰ, ਖੈਰ ਹੋਣੀ, ਪ੍ਰਭ ਹੋਣੀ, ਮਿੰਟੂ ਹੋਣੀ, ਮਨੂ ਕਲੇਰ ਹੋਣੀ, ਤੇ ਸਾਰਾ ਨਗਰ ਕਹਿੰਦੇ ਵਧਾਈ ਦਾ ਪਾਤਰ ਹੈ। ਆਹ ਮੁੰਡੇ ਦਾ ਜੌਹਰ ਸਿੰਘ ਵਾਲਾ ਪਿੰਡ ਹੈ, ਐਸ ਪੀ ਕਬੱਡੀ ਪਾਉਣ ਦੇ ਲਈ ਬਣਿਆ ਹੋਇਆ ਹੈ, ਆਓ ਕਹਿੰਦੇ ਨੰਬਰ ਰੇਡਰ ਦੇ ਹਿੱਸੇ ਜੁੜਦਾ ਹੋਇਆ, ਉਹ ਆ ਕਿਵੇਂ ਕੈਨੇਡਾ ਤੋਂ ਸੱਦਿਆ ਗੁਰਨਾਲਾ ਸੋਲਾਂ ਬੜਾ ਗੁਰਨਾਲਾ, ਇਹ ਕੈਨੇਡਾ ਤੋਂ ਆਇਆ ਮੇਰੇ ਵੀਰੋ, ਉੱਚਾ ਲੰਮਾ ਗੱਭਰੂਆ ਤੇ ਚੋਲੇ ਬਲੇ, ਆ ਸੁਖਮਨ ਦੇ ਭੁਲੇਖੇ ਪਾਉਂਦਾ, ਚੋਲੇ ਬਲੇ ਸੁਖਮਨ ਦੇ ਭੁਲੇਖੇ ਪਾਉਂਦਾ, ਕੌਣ ਗੁੱਟ ਫੜਦਾ, ਇੱਕ ਕੰਨੀ ਦੇ ਪੂਲਿਆਂ ਵਾਲਾ, ਆ ਦੂਜੀ ਕੰਨੀ ਦੇ ਕਿੰਦਰ ਭੂਰਿਆਂ ਵਾਲਾ, ਪਰ ਮੈਨੂੰ ਲੱਗਦੀ ਗੱਲ ਪੂਲਿਆਂ ਵਾਲਾ, ਆ ਵੇਖਾਂਗੇ ਟੱਕਰ ਤੇ ਚੱਕਰ ਕਬੱਡੀ ਚ, ਆਓ ਕਬੱਡੀ ਚ ਕਹਿੰਦੇ ਧੱਕਾ ਜੀ ਦਾ ਚੱਲਦਾ, ਉਹਦਾ ਚੱਲਦਾ ਹੀ ਚੱਲਦਾ, ਆਓ ਸਾਹਮਣੇ ਨੰਬਰ ਕਹਿੰਦੇ ਰੇਡਰ ਦਾ। ਮੇਲੇ ਬਹੁਤ ਹੈ ਅੱਜ ਪੰਜਾਬ ਦੇ ਵਿੱਚ, ਮੇਲੇ ਬਹੁਤ ਅੱਜ ਪੰਜਾਬ ਦੇ ਵਿੱਚ, ਪਰ ਜਿਹਨਾਂ ਦਾ ਅੱਜ ਮੇਲਾ ਹੈ ਇਹਨਾਂ ਨੇ ਕੀਤਾ ਕੁਝ ਕਬੱਡੀ ਲਈ, ਆਓ ਕਹਿੰਦੇ ਘਰ 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 ਖਵਾਏ ਹੈ, ਮੇਰੋ ਧੰਨਵਾਦ ਵੱਡੇ ਭਰਾਵਾਂ ਦਾ, ਉੱਪਰ ਬੱਲੇ 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 ਬੱਲੇ, ਰੇਡਰ ਮਾੜੇ ਕੇ ਜਾਫੀ ਤਕੜੇ ਹੈ, ਸੋਚਣ ਵਾਲੀਆਂ ਗੱਲਾਂ ਨੇ, ਆਓ ਬੱਲੇ ਬੱਲੇ ਬਾਹਲੇ ਵੱਡੇ ਮੇਲੇ ਪੇ, ਉਹ ਸਾਬਾ ਆ ਗਿਆ, ਉਹ ਕੀੜੀ ਫਗਾਨੇ ਵਾਲਾ ਸਾਬਾ ਆਇਆ ਏ, ਇਹ ਸਾਬਾ ਵਾ ਕੀੜੀ ਫਗਾਨੇ ਵਾਲਾ, ਇੱਕ ਕੰਨੀ ਦੇ ਕੱਚੇ ਪੱਕੇ ਵਾਲਾ ਮਨਦੀਪ, ਆਹ ਤਿਆਰੀ ਕਰੀ ਬੈਠਾ ਇਹ ਕੱਚੇ ਪੱਕੇ ਵਾਲਾ, ਮੈਨੂੰ ਲੱਗਦੀ ਗੱਲ ਚਿੱਪ ਕੱਟ ਕੇ ਕਿੱਲ ਕੱਟ ਕੇ ਕੀਤੀ ਠੋਕ ਕੇ ਤਸੱਲੀ ਵਾਲੀ ਝੰਡ ਮਿੱਤਰੋ, ਹਰ ਰਾਜੇ ਖਿਲ ਜੱਤ ਦਾ ਵੀ ਸਿਰਾ ਹੋ ਗਿਆ ਤੇ ਝੜ ਗਈ ਸ਼ਰੀਰਾਂ ਵਾਲੀ ਕੰਡ ਮਿੱਤਰੋ, ਝੜ ਗਈ ਸ਼ਰੀਰਾਂ ਵਾਲੀ ਕੰਡ ਮਿੱਤਰੋ। ਇੱਧਰ ਕਹਿੰਦੇ ਤੁੱਲੇ ਦੀ ਕਬੱਡੀ ਪੈਣ ਲੱਗੀ ਖੇਡ ਦੇ ਮੈਦਾਨ ਦੇ ਵਿੱਚ, ਇਹ ਕਹਿੰਦੇ ਤੁੱਲਾ ਖੀਰਾਂ ਵਾਲੀਆਂ, ਰੇਡ ਪਾ ਰਿਹਾ ਚਾਰ ਨੇ, ਅਰਸ਼ ਵਰਗੇ, ਗੋਪੀ ਵਰਗੇ, ਪਵਿੱਤਰ ਵਰਗੇ, ਤੇ ਨਾਲ ਕਹਿੰਦੇ ਹਰਮਨ ਹੈ ਜਲਾਲਪੁਰੀਆ ਮੇਰੇ ਮਿੱਤਰੋ, ਗੋਪੀ ਦਾ ਬਹੁਤ ਪਿਆਰ ਹੈ, ਮੱਖੀ ਕਲਾਂ ਦੇ ਮੱਖਣ ਵਰਗਿਆਂ ਦਾ, ਆਓ ਕਹਿੰਦੇ ਅਰਸ਼ ਵਰਗਿਆਂ ਦਾ, ਇਹ ਧਰਤੀ ਦੇ ਨਾਲ, ਇਹ ਪਿੰਡ ਦੇ ਨਾਲ ਕਹਿੰਦੇ ਵੱਡੀਆਂ ਸਾਂਝਾਂ ਨੇ ਮੇਰੇ ਮਿੱਤਰੋ। ਇੱਧਰ ਗੋਪੀ, ਅੱਜ ਘਰੇ ਮੇਲਾ, ਅੱਜ ਘਰੇ ਮੇਲਾ ਨੌਜਵਾਨ, ਇਹ ਪਰ ਕਹਿੰਦੇ ਅਮਨ ਪੁਲਸੀਆ ਰੇਡ ਪਾਉਣ ਦੇ ਲਈ ਤਿਆਰੀ।
ਤਿਆਰੀ ਕਰ ਲਈ ਹੈ ਨੌਜਵਾਨ ਦੇ ਇਹ ਆਮਣਾ ਪੁਲਸੀਆ ਆ ਕਬੱਡੀ ਦਾ ਮੱਚਦਾ ਯਾਰ ਜਦੋਂ ਤੁਰਦਾ ਪੈਰ ਹਵਾਵਾਂ ਨਾਪਦੇ ਇਸ ਨੌਜਵਾਨ ਨੂੰ ਕਬੱਡੀ ਦੇ ਵਿੱਚ ਬਾਜ ਆਖਦੇ ਇੱਕ ਪਾਸੇ ਦੁਨੀਆ ਦਾ ਭਲਾ ਯਾਥੀ ਮੇਰੇ ਵੀਰੋ ਮੈਨੂੰ ਲੱਗਦੀ ਗੱਲ ਆ ਉਹ ਟੱਕਰ ਹੁੰਦੀ ਹੋਈ ਲੱਗਦਾ ਯਾਰ ਪਰ ਕਿੱਥੇ ਆਲਸੂ ਅਮਣ ਪੁਲਸੀਆ ਪਿੰਡੇ ਤੇ ਹੱਥ ਰੱਖਣ ਦਿੰਦਾ ਅਮਰੀਕ ਰੇਡ ਪੈ ਗਈ ਆ ਆਹ ਨੌਜਵਾਨ ਗੱਭਰੂ ਦੀ ਖੇਡ ਮੈਦਾਨ ਦੇ ਵਿੱਚ ਆਹ ਬਹੁਤ ਹੀ ਬਣੀ ਹੋਈ ਸੋਹਣੀ ਚੈਨ ਦੇ ਵਿੱਚੋਂ ਕੌਣ ਗੁੱਟ ਫੜਦਾ ਇਹ ਗੋਪੀ ਹੈ ਤੇਜਾ ਸਿੰਘ ਵਾਲਾ ਇਹ ਗੋਪੀ ਹੈ ਆਹ ਤੇਜਾ ਸਿੰਘ ਵਾਲਾ ਉਹ ਜੇਕਰ ਸਵਾਦ ਆ ਤਾਰੀ ਜੋਰ ਨਹੀਂ ਉਹ ਰੀਸਾਂ ਗੋਪੀ ਦੀਆਂ ਲਾਪੀ ਅਮਰੀਕ ਗੁਰਲਾਲ ਸੋਲਾ ਵਾਲਾ ਉੱਚਾ ਲੰਮਾ ਗੱਭਰੂ ਇਹਦੀ ਉੱਚੀ ਲੰਮੀ ਹੇਕ ਆ ਫੜੀ ਨੀ ਮਾਏ ਪੂੜੀਆਂ ਮੈਨੂੰ ਗੁਰਲਾਲ ਲੈਂਦੇ ਵੇਖੋ ਇਹ ਗੁਰਲਾਲ ਆ ਸੋਲਾ ਵਾਲਾ ਆ ਜਿਹਨੇ ਕਬੱਡੀ ਪਾ ਦਿੱਤੀ ਮੈਨੂੰ ਲੱਗਦੀ ਗੱਲ ਟੈਕਨੀਕਲ ਪੁਆਇੰਟ ਰੇਡਰ ਦੇ ਸੇ ਆ ਜੋੜ ਦਿੱਤਾ ਕਿਵੇਂ ਮੁੰਡੇ ਨੇ ਜੋੜ ਦਿੱਤਾ ਆ ਵੀ ਕਹਿੰਦੇ ਉੱਥੋਂ ਹੀ ਸੱਦਿਆ ਜਿੱਥੋਂ ਕਹਿੰਦੇ ਆ ਭਾਏ ਨੇ ਇਹ ਪੱਕੇ ਤੌਰ ਤੇ ਆਸਟ੍ਰੇਲੀਆ ਰਹਿੰਦਾ ਉੱਧਰ ਸਾਡਾ ਪ੍ਰਭ ਰੰਧਾਵਾ ਮਿੰਟੂ ਖੇਰਾ ਮਨੂ ਕਲੇਰ ਉਹ ਤਿੰਨੇ ਵੀਰ ਕਹਿੰਦੇ ਆ ਅਰਸ਼ ਦੇ ਤਿੰਨ ਜੱਫੇ ਪ੍ਰਾਚਾ ਜੀ ਕਹਿ ਦੋ 5000 ਦੇ 5000 ਦੇ ਅਰਸ਼ ਦੇ ਤਿੰਨ ਜੱਫੇ 5000 ਦੇ ਅੱਜ ਗੱਲਾਂ ਲੱਖਾਂ 'ਚ ਪਹੁੰਚਣੀਆਂ ਆਹ ਅੱਜ ਗੱਲਾਂ ਲੱਖਾਂ 'ਚ ਪਹੁੰਚਣੀਆਂ ਚਾਰ ਯਾਫੀ ਨੇ ਇੱਕ ਪਾਸੇ ਬਲਾ ਯਾਫੀ ਆਸਣੇ ਮੇਰੇ ਵੀਰੋ ਨਹੀਂ ਰੀਸਾਂ ਨੌਜਵਾਨ ਦੀਆਂ ਓਹੋ ਪਰ ਪੁਆਇੰਟ ਕਿਹਦੇ ਪਾਸੇ ਮੈਂ ਵੇਖਦਾ ਚਾਚਾ ਦੇਖਦਾ ਕਿ ਪੁਆਇੰਟ ਹੋਲਡ ਹੈ ਅਮਰੀਕ ਇਹ ਪੁਆਇੰਟ ਕਿਸੇ ਦਾ ਨਹੀਂ ਬਾਅਦ ਚ ਦੱਸਿਆ ਜਾਊਗਾ ਹਰਮਣਾ ਜਲਾਲਪੁਰੀ ਆ ਹਰਮਣ ਤੇ ਕਹਿੰਦੇ ਟੱਕਰ ਆਓ ਸਿਰੇ ਵੀ ਮੇਰੇ ਮਿੱਤਰੋ ਐਸ ਪੀ ਕਹਿੰਦੇ ਇੱਕ ਤਗੜਾ ਨੰਬਰ ਜੋੜ ਗਿਆ ਆ ਕਹਿੰਦੇ ਬੁੱਢਾ ਥੇ ਵਾਲਾ ਅਨੂਆ ਮੇਰੇ ਮਿੱਤਰੋ ਜਿਹੜਾ ਹੁਣ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਅਨੂਆ ਬੁੱਢਾ ਥੇ ਦੀ ਧਰਤੀ ਦਾ ਦੋਨੇ ਪਾਸੇ ਇੱਕ ਇੱਕ ਹੋਲਡ ਦਿੱਤਾ ਜਾਵੇਗਾ ਇਹ ਨੋਟ ਕਰ ਲੈਣ ਟੀਮਾਂ ਦੇ ਕੋਚ ਅਨੂ ਬੁੱਢੇ ਥੇ ਦੀ ਧਰਤੀ ਦਾ ਕਹਿੰਦੇ ਹਾਥੀ ਜਿੰਨਾ ਜ਼ੋਰ ਹੋਵੇ ਬਾਜ ਵਾਲੀ ਅੱਖ ਹੋਵੇ ਆ ਮੱਥੇ ਤੇ ਤਿਲਕ ਮਲ ਖਾਰੇ ਤਨਾ ਖੋਵੇ ਡੌਲੇ ਹੁਣ ਫੜਕਦੇ ਪੈਰਾਂ 'ਚ ਭਚਾਲ ਹੋਵੇ ਸਿਕਰੇ ਜੀ ਫੁਰਤੀ ਚੀਤੇ ਵਾਲੀ ਚਾਲ ਹੋਵੇ ਜਿੱਤਣਾ ਦੇ ਮੈਚ ਫਿਰ ਪੂਰਾ ਤੇਲ ਲਾਈਦਾ ਖੇਡਣੀ ਜੇ ਕਬੱਡੀ ਫਿਰ ਸ਼ੇਰ ਦਾ ਕਲੇਜਾ ਚਾਹੀਦਾ ਮੱਖਣ ਸੰਧੂ ਦੀ ਰੇੜ ਤੇ ਦੂਜੇ ਪਾਸੇ ਇਹ ਕਹਿੰਦੇ ਕੱਲ ਉਹ ਸਭ ਦਾ ਬੇਟਾ ਮੇਰੇ ਮਿੱਤਰੋ ਇਹ ਪਵਿੱਤਰ ਹੈ ਇਹਦਾ ਕਹਿੰਦੇ ਜੋਗੇ ਵਾਲਾ ਪਿੰਡ ਹੈ ਜਿਵੇਂ ਫਿਰੋਜ਼ਪੁਰ ਦੇ ਵਿੱਚ ਫਤਿਹਗੜ੍ਹ 5 ਤੂੜ ਦੇ ਨੇੜੇ ਆਹ ਕਹਿੰਦੇ ਪਵਿੱਤਰ ਨੇ ਬੱਲੇ ਬੱਲੇ ਕਰਵਾ ਦਿੱਤੀ ਹੈ ਜਿਹਨਾਂ ਦਾ ਅੱਜ ਮੇਲਾ ਹੈ ਇਹਨਾਂ ਦੀ ਟੀਮ ਕਹਿੰਦੇ ਆਸਟ੍ਰੇਲੀਆ ਬਣਦੀ ਹੈ ਇੱਕ ਹਰੀ ਸਿੰਘ ਨਲੂਆ ਜੀਆਂ ਦੇ ਨਾਂ ਦੇ ਉੱਪਰ ਇੱਕ ਕਹਿੰਦੇ ਆਸਟ੍ਰੇਲੀਆ ਟੀਮ ਬਣਦੀ ਹੈ ਸਭ ਤੋਂ ਵੱਡਾ ਬਜਟ ਹੁੰਦਾ ਹੈ ਜਿਹੜੇ ਲਈ ਕਹਿੰਦੇ ਖੇਡਦੇ ਆ ਆਹ ਤੁੱਕਾਂ ਦੇ ਖੁਸ਼ੀ ਵਰਗੇ ਜਿਹੜੇ ਲਈ ਕਹਿੰਦੇ ਯਾਰੋ ਵਰਗੇ ਮਹਿੰਗੇ ਪਲੇਅਰ ਖੇਡਦੇ ਆ ਅੱਜ ਕਹਿੰਦੇ ਉਹਨਾਂ ਦਾ ਮੇਲਾ ਚੱਲਦਾ ਮੇਰੇ ਮਿੱਤਰੋ ਇੱਕ ਬਹੁਤ ਵੱਡੇ ਬਜਟ ਦੀ ਟੀਮ ਇਹਨਾਂ ਦੀ ਆਸਟ੍ਰੇਲੀਆ ਵੀ ਖੇਡਦੀ ਹੈ ਉੱਥੇ ਵੀ ਕਹਿੰਦੇ ਪਿੰਡਾਂ ਦੇ ਨਾਂ ਚਮਕਦੇ ਨੇ ਉਹ ਦੁੱਲੇ ਦੀ ਕੌਡੀ ਆ ਵੱਡੇ ਬਾਈ ਦੁੱਲਾ ਆ ਗਿਆ ਖੀਰਾਂ ਵਾਲ ਦੀ ਧਰਤੀ ਰਹਿ ਜਿੱਥੋਂ ਦਾ ਭਾਜੀ ਖੀਰਾਂ ਵਾਲੀ ਆ ਕੱਕੀ ਖੀਰਾਂ ਵਾਲੀ ਆ ਆਹ ਦੁੱਲੇ ਦੀ ਰੇੜੇ ਲੱਤੀ ਨੇ ਜਦੋਂ ਦੁੱਲਾ ਜੰਮਿਆ ਗੱਲਾਂ ਹੁੰਦੀਆਂ ਮੁਗਲ ਸਰਕਾਰੇ ਮੇਰੇ ਮੌਲਾ ਤੇਰੇ ਰੰਗ ਨੇ ਨਜ਼ਾਰੇ ਲੱਤੀ ਨੇ ਜਦੋਂ ਦੁੱਲਾ ਜੰਮਿਆ ਆਹ ਖੀਰਾਂ ਵਾਲੀ ਆ ਦੁੱਲਾ ਸ਼ਾਨਦਾਰ ਪੁਆਇੰਟ ਟੀਮ ਲਈ ਆਹ ਸਾਹਮਣੇ ਕਹਿੰਦੇ ਸ਼ਾਨਦਾਰ ਨੰਬਰ ਜੋੜ ਗਿਆ ਮੱਖੀ ਕਲਾ ਲਾ ਨੂੰ ਪਪਾ ਹੈ ਮੱਖਣ ਪ੍ਰਾਚਾ ਚ ਫੇਰ ਕਹਿੰਦਾ ਲੱਭੀ ਨੇ ਜਦੋਂ ਦੁੱਲਾ ਜੰਮਿਆ ਲੱਭੀ ਨੇ ਜਦੋਂ ਦੁੱਲਾ ਜੰਮਿਆ ਮੱਖਣ ਬਹੁਤ ਖੁਸ਼ ਹੁੰਦਾ ਅਰਸ਼ ਪ੍ਰਾਚਾ ਚ ਫੇਰ ਕਹਿੰਦਾ ਲੱਭੀ ਨੇ ਜਦੋਂ ਦੁੱਲਾ ਜੰਮਿਆ ਆਓ ਸਾਹਮਣੇ ਕਬੱਡੀ 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 ਕਬੱਡੀ
कबड्डी 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 मनु कलेर आस्ट्रेलिया वाला भरा यारी पाल ढलवा दे नाल भरावां वाला प्यारा पा डीडियो 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 चलान चलान कमाल हुंदी होई उधर साडे तोती शाह जी हरीके वाले बहुत वड्डा प्यार है वड्डा सत्कार है नाले कहिंदे पिंड नूं मुबारकां दिंदे आ वी आ एरिए दा वड्डा मेला बन गया जिवें अज प्लेयर आए आ अज दर्शक आए हुए आ ए वड्डा नहीं ए पाला वड्डा मेला चलदा मेरे मित्रों इधर चक्के जाम ए चर्चे कहिंदे ए मनदीप है इहदा कच्चा पक्का पिंड है नंबर कहिंदे जाफियां दा उधर साडे तोती शाह जी हरीके वाले ते आ कहिंदे ਮੇਸੀਆ ਹਰਖੋਂ ਦੀ ਧਰਤੀ ਦਾ ਜਿਹੜਾ ਹੋਲਡ ਪੁਆਇੰਟ ਸੀ ਉਹ ਰੇਟਰ ਦਾ ਜਿਹੜਾ ਹੋਲਡ ਪੁਆਇੰਟ ਸੀ ਉਹ ਰੇਟਰ ਦਾ ਜੇ ਹੁਣ ਸਾਕਾ ਤੇ ਵੇਖ ਸਕਦੇ ਜੇ ਸਾਹਮਣੇ ਹਰਖੋਵਾਲ ਦੀ ਧਰਤੀ ਦਾ ਮੇਸੀ ਤੇ ਦੂਜੇ ਪਾਸੇ ਪਵਿੱਤਰ ਜੋਗੇਵਾਲ ਦੀ ਧਰਤੀ ਦਾ ਪਰ ਪੁਆਇੰਟ ਆ ਮੇਸੀ ਨੇ ਜੋੜਤਾ ਅਮਰੀਕ ਗੁਰਲਾਲ ਫੇਰ ਆ ਗਿਆ ਆਓ ਸਾਹਮਣੇ ਕਹਿੰਦੇ ਗੁਰਲਾਲ ਫੇਰ ਆ ਗਿਆ ਮੇਰੇ ਮਿੱਤਰੋ ਆਓ ਕੋਠੇ ਜਿੱਡਾ ਬੰਦਾ ਕਬੱਡੀ ਪਾਉਣ ਦੇ ਲਈ ਪੜਿਆ ਹੋਇਆ ਇੱਧਰ ਚਾਰ ਨੇ ਚਾਰੇ ਤਿਆਰ ਨੇ ਕਿ ਜੋੜ ਬਿਨਾ ਟੱਟਾ थापी बजदी ना हंकार नहीं ए रुतबा मूसे वाले दा आओ गुरलाल कहिंदे फिट है मेरे मित्रों ए भी कहिंदे कनेडा तो आया होया ए भी कहिंदे आस्ट्रेलिया खेडिया ते खेडिया भी कहिंदे चोटी भी खेड है इधर एसपी भी कबड्डी पै रही है कि पैर तकबीर नाल रिया साडा मुड तो सत बार कढ लेने पूछो फड़ खुड चो सिरी नप के ते चुल्ले दे ते चाड़ बल्लिया ओ तेरी उम्र न्याणी ਮਾੜਾ ਅਸੀਂ ਵੀ ਨਹੀਂ ਕਰਦੇ ਸ਼ਿਕਾਰ ਵੱਲਿਆ ਗੋਪੀ ਤੇਜਾ ਸਿੰਘ ਵਾਲੇ ਨੇ ਟਰਾਈ ਕੀਤੀ ਤੇ ਪੁਆਇੰਟ ਰੇਡਰ ਦੇ ਹਿੱਸੇ ਆ ਅਣੂ ਆ ਗਿਆ ਆ ਚੰਗੀ ਜਹਾਜ਼ ਵੱਡਾ ਥੇਰੀ ਧਰਤੀ ਦਾਸ ਦਾ ਏਰੀਆ ਚਾਰ ਯਾਫੀ ਨੇ ਟੱਕਰ ਕਿਹਦੇ ਨਾਲ ਹੋਵੇਗੀ ਆ ਵੇਖਾਂਗੇ ਮੁੰਡੇ ਨੇ ਝੁੱਕ ਕੇ ਕਬੱਡੀ ਪਾ ਦਿੱਤੀ ਆ ਇੱਕ ਪਾਸੇ ਕਹਿੰਦੇ ਕਿੰਦਰ ਭੂਰਿਆਂ ਵਾਲੇ ਕੋਲੋਂ ਵੀ ਪੁਆਇੰਟ ਲੈਣਾ ਖਾਲਾ ਜੀ ਦਾ ਵਾੜਾ ਨਹੀਂ ਆ ਆਹ ਖਾਲਾ ਜੀ ਦਾ ਵਾੜਾ ਨਹੀਂ ਆ ਪਰ ਅਣੂ 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 ਆ ਕਬੱਡੀ ਦਾ ਮੱਚਦਾ ਯਾਰ ਲਾਲਾ ਲਾਲਾ ਮਾਰਦਾ ਪਰ ਪੁਆਇੰਟ ਜੇ ਲਾਲਾ ਮਾਰੂ ਤੇ ਫੇਰ ਹੀ ਲਾਲਾ ਲਾਲਾ ਹੋਣੀ ਹੈ ਜੇ ਲਾਲਾ ਮਾਰੂ ਤੇ ਫੇਰ ਹੀ ਲਾਲਾ ਲਾਲਾ ਹੋਣੀ ਹੈ ਆ ਕਹਿੰਦੇ ਜਗਮੋਹਨ ਸਿੰਘ ਹੈ ਕਬੱਡੀ ਪਾਉਣ ਦੇ ਲਈ ਪੜਿਆ ਹੋਇਆ ਮੇਰੇ ਮਿੱਤਰੋ ਇੱਧਰ ਚਾਰ ਨੇ ਚਾਰੇ ਪਿਆਰ ਨੇ ਨੰਬਰ ਮੱਖੀ ਕਲਾਂ ਵਾਲੇ ਦਾ ਇਹਦੇ ਚਰਚੇ ਕਹਿੰਦੇ ਮੱਖੀ ਕਲਾਂ ਤੋਂ ਅਮਰੀਕਾ ਤੱਕ ਹੋਏ ਆ ਮੇਰੇ ਮਿੱਤਰੋ ਉਹ ਮੱਖੀ ਕਲਾਂ ਵਾਲਾ ਪਹਿਲਾਂ ਸੱਟਾ ਫਿੱਟਾ ਕਰਕੇ ਥੋੜਾ ਦੂਰ ਰਿਹਾ ਪਰ ਕਿਹ ਪਰਮਾਤਮਾ ਦੀ ਕਿਰਪਾ ਲੋਕਾਂ ਦੀਆਂ ਦੁਆਵਾਂ ਨੇ ਉਹ ਮੁੰਡਾ ਫਿੱਟ ਹੁੰਦਾ ਜਾਂਦਾ ਹੈ ਆਹ ਮਲਕੀਤ ਹੈ ਇਹਦਾ ਚੱਕ ਸਿਕੰਬਰ ਪਿੰਡ ਆਹ ਕਹਿੰਦੇ ਦੁਨੀਆਂ ਦੇ ਵਿੱਚ ਗੱਲਾਂ ਉਹ ਬੱਲੇ 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 ਕਬੱਡੀ 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 ਨੰਬਰ ਕਹਿੰਦੇ ਚੱਕ ਸਿਕੰਬਰ ਵਾਲਾ ਆਪਣੀ ਟੀਮ ਲਈ ਜੋੜਦਾ ਹੈ ਉਧਰ ਕਹਿੰਦੇ ਪ੍ਰਭ ਰੰਧਾਵਾ ਮਿੰਟੂ ਖੇਰੇ ਹੁਣੀ ਮਨੂ ਕਲੇਰ ਅਰਸ਼ ਦੇ ਤਿੰਨ ਜੱਫੇ ਪ੍ਰਾਚਾ ਜੀ 5000 ਦੇ ਆ ਅਰਸ਼ ਦੇ ਤਿੰਨ ਜੱਫੇ 5000 ਦੇ ਆ ਅਰਸ਼ 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 ਆ ਜਿੱਥੇ ਵੀ ਕਹਿੰਦੇ ਖੜ ਜਾਂਦਾ ਨਾ ਫਿਰ ਪੱਤਾ ਨਹੀਂ ਹਿਲਦਾ ਪੱਤਾ ਨਹੀਂ ਹਿਲਦਾ ਪਰ ਮੈਨੂੰ ਲੱਗਦੀ ਗੱਲ ਮੱਲੀ ਸਾਹਿਬ ਅਜੇ ਫੈਸਲੇ ਨਹੀਂ ਕੀਤੇ ਪਰ ਇੱਕ ਪਾਸੇ ਡੀਡੀਓ ਖੜ ਗਿਆ ਪੁਲਿਸ ਵਾਲਿਆਂ ਵਾਂਗੂ ਨਾਕਾ ਲਾ ਕੇ ਆ ਖੜ ਗਿਆ ਨਾਕਾ ਲਾ ਕੇ ਪਰ ਪੁਆਇੰਟ ਇੱਕ ਅਮਰੀਕ ਮੈਨੂੰ ਲੱਗਦੀ ਗੱਲ ਦੋ ਹੋ ਗਏ ਤੇ ਕਜੇ ਬਾਕੀ ਆ 5000 ਦਾ ਲਾਉਣਾ ਇੱਕ ਅਜੇ ਬਾਕੀ ਆ ਐ ਚੋਟੀ ਦਾ ਮੈਚ ਖੇਡਿਆ ਜਾ ਰਿਹਾ ਲਾ ਵੀ ਰੇਡ ਪਾਉਣ ਦੇ ਲਈ
सोलां वाला गुरलाल हांजी अज खड़ा तैयारी करी बैठा अमरीक एक गुरलाल सोलां वाला तैयारी दे विच मैं बेनती कर देवां ग्राउंड क्लियर ग्राउंड क्लियर कर दो। खैरा साहब बापू जी भी आए हुए हैं पता लगा बापू जी आए ना धन्यवाद है बापू कितना खुश होना है दिलों दवामा है इत्थे नहीं उत्थे जाके पता लगता है कि तिकड़ी 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 त्री शक्ति एक बड़ा नाम है मुंडिया का दिलों धन्यवाद। अज चूसले वड़ दे विच बहुत बड़ा मेला है चाहिदा भी सीगा मेला है क्योंकि लोगों की मंग सी भी आ इलाके दे विच आ पिंड दे विच चोटी चोटी दे मल चाहिए है अज चोटी चोटी दे सद्दे होए है सब दे लई दवामा ने मेरे मित्रो आ हरखो वालिया जिले हुशियारपुर तो चल के आया नौजवान मेसी या हरखोवाल की धरती का रूपी हरखोवाल या पक्के तार ते कहिंदे अमरीका जा बसिया पर गोपी तेजा सिंह वाला आ चीन की कंध फड़ के खड़ गया पर किथे किथे पिंड दे हाथ रखण दिंदा पॉइंट जिहड़ा सी वो हरखोवाल या मेसी सादर अपनी टीम लई जोड़दा है अमरीक अमन पुलसिया रेड पौली आ गया आओ सामने कहिंदे अमन पुलसिया कबड्डी पा रहा है इहदा कहिंदे ਝੰਡੇਰ ਪਿੰਡ ਹੈ ਪ੍ਰਵੀਰ ਰਾਸ਼ ਕਹਿੰਦੇ ਅੰਮ੍ਰਿਤਸਰ ਦੇ ਵਿੱਚ ਏਅਰਪੋਰਟ ਦੇ ਨੇੜੇ ਆ ਮੇਰੇ ਮਿੱਤਰੋ ਇੱਧਰ ਕਹਿੰਦੇ ਅਰਸ਼ ਪੂਲੀਆਂ ਵਾਲਾ ਬਰਬਰ ਆ ਜਾਫੀ ਇਹਤੋਂ ਵੀ ਕਹਿੰਦੇ ਪੱਟੀਆਂ ਸਾਵੇ ਉਹ ਪੁਰਾਣਿਆਂ ਤੋਂ ਪੁਰਾਣੇ ਉਹ ਕਹਿੰਦੇ ਪੁਰਾਣਿਆਂ ਤੋਂ ਪੁਰਾਣੇ ਪੁਰਾਣਿਆਂ ਤੋਂ ਪੁਰਾਣੇ ਪਲੇਅਰ ਅੱਜ ਕਹਿੰਦੇ ਆ ਧਰਤੀ ਤੇ ਆਏ ਹੋਏ ਹੈ ਇਹ ਕਹਿੰਦੇ ਪੁਰਾਣਿਆਂ ਤੋਂ ਪੁਰਾਣੇ ਹੈ ਇਹ ਕਹਿੰਦੇ ਗਿੰਦਰ ਹੈ ਭੂਰਿਆਂ ਵਾਲਾ ਇਹ ਪੁਰਾਣਿਆਂ ਤੋਂ ਪੁਰਾਣੇ ਹੈ ਕਿ ਨਵਿਆਂ ਦਾ ਚਾ ਮਸਾ ਨੌ ਦਿਨ ਦਾ ਅੜਿਆ ਪੁਰਾਣੇ ਪਾ ਪੁਰਾਣੇ ਹੁੰਦੇ ਆ ਲਓ ਸਾਹਮਣੇ ਨੌਜਵਾਨ ਰੇੜ ਐਸ ਪੀ ਯਾਰ ਸਿੰਘ ਵਾਲਾ ਇਹਨੇ ਯੂਰਪ ਦੇ ਕੱਪਾਂ ਚ ਆ ਕੋਕੇ ਜਰ ਜਰ ਕੇ ਪਾਈਆਂ ਰੇਡਾਂ ਵੇਰ ਵੇਰ ਕੇ ਜਾਫੀਆਂ ਦੇ ਮੂਹਰੇ ਉਂਗਲਾਂ ਖੜੀਆਂ ਕੀਤੀਆਂ ਪਰ ਮੈਨੂੰ ਲੱਗਦੀ ਗੱਲ ਪੁਆਇੰਟ ਰੇਟਰ ਦਾ ਪੁਆਇੰਟ ਧਾਵੀ ਦਾ ਅਮਰੀਕ ਗੁਰਲਾਲ ਫੇਰ ਆ ਗਿਆ ਆਓ ਸਾਹਮਣੇ ਕਹਿੰਦੇ ਗੁਰਲਾਲ ਦੀ ਕਬੱਡੀ ਪੈ ਰਹੀ ਹੈ ਇਸ ਵੇਲੇ ਖੇਡ ਦੇ ਮੈਦਾਨ ਦੇ ਵਿੱਚ ਉੱਧਰ ਕਹਿੰਦੇ ਚਾਰ ਨੇ ਚਾਰੇ ਤਿਆਰ ਨੇ ਕੱਠ ਵੀ ਪੱਟਾ ਲੋਕੀ ਕਹਿੰਦੇ ਕੋਠਿਆਂ ਤੇ ਚੜੇ ਬੈਠੇ ਆ ਉਹ ਦੁਨੀਆ ਦੂਰ ਦੁਰਾਡੇ ਆਈ ਹੋਈ ਹੈ ਪਹਿਲਾ ਪ੍ਰਾਈਜ਼ ਕਹਿੰਦੇ ਲੱਖ ਤੇ ਦੂਜਾ ਪੌਣਾ ਲੱਖ ਮੇਰੇ ਮਿੱਤਰੋ ਇਲਾਕੇ ਦੇ ਵਿੱਚ ਜਿਹੜੇ ਤਰਨ ਤਾਰਨ ਦੇ ਵਿੱਚ ਮਾਝੇ ਦੇ ਵਿੱਚ ਇਹ ਪੱਟਾ ਵੀ ਇਹ ਬਾਲਾ ਪੱਟਾ ਮੇਲਾ ਚੱਲਦਾ ਉੱਧਰ ਕਹਿੰਦੇ ਕਬੱਡੀ 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 ਬੰਬੇ ਤਾਂ ਚੰਗੇ ਭਲੇ ਸੀਗੇ ਮੈਨੂੰ ਲੱਗਦਾ ਜਹਾਜ਼ ਚ ਤੂੰ ਤੂੰ ਮੈਂ ਹੋਈ ਲੱਗਦੀ ਹੈ ਉੱਥੇ ਤੇ ਇਸ ਕਿ ਇਕੱਠੇ ਸੀਗੇ ਇੱਕ ਹੋਟਲ ਸੀ ਇੱਕੋ ਹੀ ਰੂਮ ਸੀ ਮੈਨੂੰ ਲੱਗਦਾ ਜਹਾਜ਼ ਦੇ ਵਿੱਚ ਗੱਲਾਂ ਹੋਰ ਤੋਂ ਹੋਰ ਹੋਈਆਂ ਹੋਣਗੀਆਂ ਬੰਬੇ ਦੇ ਵਿੱਚ ਅਰਸ਼ ਵਰਗੇ ਆਹ ਗੋਪੀ ਵਰਗੇ ਗੁਰਦਾਸ ਵਰਗੇ ਆਹ ਮੱਖਣ ਵਰਗੇ ਗੱਲਾਂ ਦੁਨੀਆਂ ਦੇ ਵਿੱਚ ਹੋਈਆਂ ਇੱਧਰ ਕਹਿੰਦੇ ਅਰਸ਼ ਉਹ ਬੱਲੇ 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 ਕਬੱਡੀ 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 ਉਹ ਤਾੜੀ 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 ਉਹ ਵੱਡਾ ਮੇਲਾ ਹੱਥ ਰੱਖੇ ਸੱਜੇ ਪਾਸਾ ਮੇਰ ਭਰੇ ਹੱਥ ਰੱਖੇ ਮਾਲ ਕਿਰਪਾ ਕਰੇ ਅਰਸ਼ ਪੁੱਲਿਆਂ ਵਾਲੇ ਲਾ ਯਫਾ ਬੱਲੇ ਬੱਲੇ ਕਰਵਾਤੀ ਹੈ ਬੱਲੇ ਬੱਲੇ ਕਰਵਾਤੀ ਹੈ ਆ ਗਿਆ ਬੁਲਟ ਖੀਰਾ ਬਾਲ ਦੀ ਧਰਤੀ ਦਾ ਤਿਆਰੀ ਦੇ ਵਿੱਚ ਅਰਸ਼ ਖੜ ਗਿਆ ਇੱਕ ਕੰਨੀ ਦੇ ਉੱਪਰ ਮੈਂ ਦੇਖਦਾ ਕਿ ਮੰਨੀ ਪਰਮੰਨੀ ਚੈਣਾ ਆਹ ਮੰਨੀ ਪਰਮੰਨੀ ਚੈਣਾ ਜੇ ਕਿਤੇ ਬੁਲਟ ਦੇ ਮੂਹਰੇ ਆਹ ਵੇਖਾਗਾ ਪਵਿੱਤਰ ਆ ਜਾਣਾ ਤੇ ਸੱਚੀ ਦੁੱਖ 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 ਦੂਰ ਹੋ ਜਾਣਾ ਦੁੱਖ ਦੂਰ ਹੋ ਜਾਣਾ ਬੁਲਟ ਖੀਰਾ ਵਾਲੀਆ ਪਰ ਜਲਾਲਪੁਰੀਆ ਹਰਮਨ ਬਚੱਤਰ ਸਿੰਘ ਇੰਸਪੈਕਟਰ ਦਾ ਪੁੱਤ ਆਹ ਵੇਖਾਗੇ ਹਿੱਕ ਡਾ ਕੇ ਖੜ ਗਿਆ ਖੜ ਗਿਆ ਇਹ ਜਲਾਲਪੁਰੀਆ ਚੋਟੀ ਦਾ ਮੁਕਾਬਲਾ ਮੇਰੇ ਮਿੱਤਰੋ ਵੱਡਾ ਮੇਲਾ ਚੱਲਦਾ ਇੱਧਰ ਕਹਿੰਦੇ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ ਉੱਧਰ ਕਹਿੰਦੇ ਪਿੰਡਾ ਖਹਿਰਾ ਮੇਰੇ ਮਿੱਤਰੋ ਉਹ ਭਰਾ ਕਹਿੰਦੇ ਵੀਰ ਹੈ
ਵੱਡੀ ਸਪੋਰਟ ਹੈ ਕਹਿੰਦੇ ਅੱਜ ਦੇ ਮੇਲੇ ਦੇ ਲਈ ਉਹ ਧਰਤੀ ਕਹਿੰਦੇ ਖਡੂਰ ਸਾਹਿਬ ਦੀ ਉੱਥੇ ਪਾਲ ਭੰਗੂੜੀ ਰਾਜਵੀਰ ਬੈਂਸ ਹੋਣੀ ਉਹ ਬੱਲੇ 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 ਕਬੱਡੀ 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 ਇਹ ਰਾਜਾ ਪੱਧਰੀ ਵਾਲਾ ਅੱਜ ਕਹਿੰਦੇ ਬੱਲੇ ਬੱਲੇ ਕਰਵਾਈ ਜਾ ਰਿਹਾ ਹੈ ਆ ਨੌਜਵਾਨ ਆ ਰੂਪੀ ਹਰਖੋਵਾਲ ਦਾ ਪਿੰਡ ਦਾ ਮੇਸੀ ਹਰਖੋਵਾਲ ਕੱਲਾ ਕੱਲਾ ਮਸਲ ਪਿੰਡੇ ਤੇ ਗੀਤ ਗਾਉਂਦਾ ਸਰੀਰ ਵੇਖ ਕੇ ਪਤਾ ਲੱਗ ਜਾਂਦਾ ਬੰਦਾ ਸੂਟਾਂ ਲਾਉਂਦਾ ਜਾਂ ਬੰਦਾ ਜਿਮ ਲਾਉਂਦਾ ਦੱਸਣਾ ਨਹੀਂ ਪੈਂਦਾ ਅਸੀਂ ਕੌਣ ਹੁੰਦੇ ਹਾਂ ਜਾਂ ਨੌਜਵਾਨ ਰੂਪੀ ਸ਼ਾਨਦਾਰ ਮੇਸੀ ਹਰਖੋਵਾਲ ਇੱਕ ਇੱਕ ਦਾ ਪਾਦਾ ਕਰ ਗਿਆ ਮਰੀਕ ਗੁਰਲਾਲ ਆਓ ਸਾਹਮਣੇ ਕਹਿੰਦੇ ਗੁਰਲਾਲ ਦੀ ਕਬੱਡੀ ਪੈ ਰਹੀ ਹੈ ਇਹ ਕਹਿੰਦੇ 16 ਵਾਲਾ ਮੇਰੇ ਮਿੱਤਰੋ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਇੱਧਰ ਪਤੰਦਰ ਝੂਟੀ ਗਿਆ ਬਾਵੇ ਗੱਭਰੂ ਹੈ ਨਹੀਂ ਉਹ ਰੀਸਾ ਬਾਵੇ ਗੱਭਰੂ ਹੈ ਨਹੀਂ ਉਹ ਰੀਸਾ ਲਓ ਸਾਹਮਣੇ ਰੇਡ ਪਾਉਣ ਦੇ ਲਈ ਐਸ ਪੀ ਯਾਰ ਸਿੰਘ ਵਾਲਾ ਉਧਰ ਪਾਲ ਢਿਲਵਾਂ ਵਾਲਾ ਕੋਈ ਪਾਲ ਢਿੱਲੋ ਕਹਿੰਦਾ ਕੋਈ ਢਿਲਵਾਂ ਵਾਲਾ ਕਹਿੰਦਾ ਤੇ ਸਾਡਾ ਭਰਾ ਸੁਰਿੰਦਰ ਮਿੰਟੂ ਖਹਿਰਾ ਕਹਿੰਦਾ ਪ੍ਰਾਚਾ ਪਰਮਾਤਮਾ ਨੇ ਪੁੱਤਰ ਦੀ ਦਾਤ ਦਿੱਤੀ ਹੈ ਤੇ ਭਰਾ ਨੂੰ ਮੁਬਾਰਕਬਾਦ ਵੀ ਭੇਜ ਦਿਓ ਆਓ ਵੇਖਾਂਗੇ ਕਿ ਪੁੱਤਰ ਮਿੱਠਰੇ ਮੇਵੇ ਰੱਬ ਸਭ ਨੂੰ ਦੇਵੇ ਮੈਂ ਦਿਲੋਂ ਧੰਨਵਾਦ ਕਰਾਂਗਾ ਆਓ ਦਿਲੋਂ ਧੰਨਵਾਦ ਹੈ ਵੀਰਾਂ ਦਾ ਉੱਥੇ ਕਹਿੰਦੇ ਨਵ ਕੈਨੇਡਾ ਸਾਡਾ ਵੀਰ ਹੈ ਦਿਲੋਂ ਦਵਾਵਾਂ ਨੇ ਨਵ ਕੈਨੇਡਾ ਧੰਨਵਾਦ ਹੈ ਵੱਡੇ ਵੀਰ ਦਾ ਸਾਡੇ ਭਾਈ ਸਾਹਿਬ ਪੁੱਜ ਰਹੇ ਹੈ ਔਰ ਉੱਥੇ ਸਾਡੇ ਰੰਧਾਵਾ ਸਾਹਿਬ ਦਿਲੋਂ ਧੰਨਵਾਦ ਹੈ ਸਾਰੇ ਵੀਰ ਨੇ ਸਾਰਾ ਨਗਰ ਜਿਹੜਾ ਵਧਾਈ ਦਾ ਪਾਤਰ ਹੈ ਸਾਰਾ ਪਿੰਡ ਵਧਾਈ ਦਾ ਪਾਤਰ ਹੈ ਉੱਧਰ ਸੁਰਿੰਦਰ ਬਿੱਟੂ ਸਾਡੇ ਭਰਾ ਮਿੰਟੂ ਆਸਟ੍ਰੇਲੀਆ ਵੱਲੋਂ ਸੁਰਿੰਦਰ ਮਿੰਟੂ ਆਸਟ੍ਰੇਲੀਆ ਵੱਲੋਂ ਭਰਾ ਵੱਲੋਂ ਔਰ 500 ਰੁਪਇਆ ਮੈਂ ਵੇਖਦਾ ਕਿ ਇਸ ਵੇਲੇ ਵੱਡਾ ਮਾਨ ਸਤਿਕਾਰ ਜਿਹੜਾ ਸੀ ਉਹ ਪੁੱਜਿਆ ਦੋਨਾਂ ਪਲੇਅਰਾਂ ਨੂੰ ਮੈਂ ਰਹਿਣੀ ਇਹਨਾਂ ਭਰਾਵਾਂ ਦਾ ਜਿਹੜੇ ਵੀਰ ਵੱਡੇ ਪਿਆਰ ਵੱਡੇ ਸਤਿਕਾਰ ਦੇ ਰਹੇ ਨੇ ਮੇਰੇ ਵਾਲੇ ਮਹਿਕ ਤੇ ਔਰ ਸਾਡਾ ਵੀਰ ਔਰ ਰਾਣਾ ਸਿੰਘਪੁਰੀ ਆ ਜਿਹੜਾ ਹੈ ਉਹ ਸਾਂਝ ਪਾਵੇਗਾ ਔਰ ਨਾਲ ਵਰਿੰਦਰ ਵੀ ਆਉਂਚਾ ਹੋਇਆ ਔਰ ਮੈਂ ਸਾਰੇ ਵੀਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਾਂਗਾ ਨੰਬਰ ਕਿੰਨੇ ਕਿੰਨੇ ਆ ਜੀ ਦੱਸੀਏ ਪੁਆਇੰਟ ਕਿੰਨੇ ਕਿੰਨੇ ਆ ਬਹੁਤ ਵਧੀਆ ਮਾਹੌਲ ਬਣਿਆ ਹੋਇਆ ਹੈ ਚੋਟੀ ਦਾ ਮੈਚ ਚੱਲ ਰਿਹਾ ਖੇਡ ਦੇ ਮੈਦਾਨ ਵਿੱਚ ਧੰਨ ਧੰਨ ਪੀਰ ਬਾਬਾ ਸ਼ਖੀ ਸੁਲਤਾਨ ਜੀਆਂ ਦੀ ਯਾਦ ਵਿੱਚ ਇਹ ਤੀਸਰੇ ਦਿਨ ਦਾ ਖੇਡ ਮੇਲਾ ਹੈ ਵੱਡੀਆਂ ਰੌਣਕਾਂ ਲੱਗੀਆਂ ਚੂਸਲੇਵੜ ਦੀ ਧਰਤੀ 'ਤੇ ਰਵੀ ਸੋਨੀ ਕੋਚ ਵੇਖ ਆਲੇ ਦੁਆਲੇ ਝਾਤ ਮਾਰ ਕੇ ਦਰਸ਼ਕ ਦੂਰ ਦੁਰਾਡੇ ਤੋਂ ਪਹੁੰਚੇ ਹੋਏ ਹੈ ਸਾਰੇ ਦਰਸ਼ਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੁਣ ਜਲਦੀ ਦੇ ਨਾਲ ਪੁਆਇੰਟ ਦੱਸੇ ਜਾਣਗੇ ਅਗਲੇ ਮੈਚ ਦੀਆਂ ਟੀਮਾਂ ਸਰਦਾਰ ਹਰੀ ਸਿੰਘ ਨਲੂਆ ਕਬੱਡੀ ਕਲੱਬ ਮੈਲਬੌਰਨ ਆਸਟ੍ਰੇਲੀਆ ਔਰ ਬਾਬਾ ਨਾਮਦੇਵ ਕਬੱਡੀ ਕਲੱਬ ਕਮਾਨ ਇਹ ਵੀ ਟੀਮਾਂ ਤਿਆਰੀ ਕਰਕੇ ਖੇਡ ਦੇ ਮੈਦਾਨ ਦੇ ਨਜ਼ਦੀਕ ਆ ਜਾਣ ਵਿਰਦੀ ਭਰਾ ਦੀ ਬੜੀ ਪਿਆਰੀ ਸਾਊਂਡ ਹੈ ਵਿਰਦੀ ਭਰਾ ਨੇ ਪਰਸੋਂ ਮੀਂਹ ਵਰਦੇ 'ਚ ਸਾਊਂਡ ਲਾ ਕੇ ਰੱਖੀ ਹੈ ਪਿਆਰ ਹੈ ਵੀਰ ਦਾ ਬਹੁਤ ਬਹੁਤ ਧੰਨਵਾਦ ਵੀਰਿਆ ਸੱਚੇ ਪਾਤਸ਼ਾਹ ਤੈਨੂੰ ਚੜ੍ਹਦੀ ਕਲਾ ਬਖਸ਼ੇ ਹੁਣ ਨੰਬਰ ਦੱਸੇ ਜਾਣਗੇ ਕਿੰਨੇ ਕਿੰਨੇ ਨੰਬਰ ਨੇ ਸ਼੍ਰੀ ਗੁਰੂ ਅਰਜਨ ਦੇਵ ਸਪੋਰਟਸ ਕਲੱਬ ਚੋਹਲਾ ਸਾਹਿਬ ਦੀ ਟੀਮ ਦੇ ਨੰਬਰ ਨੇ ਚੱਲਦੇ ਮੈਚ ਵਿੱਚ ਹਾਫ ਸਮੇਂ ਦੇ 21.5 ਜੀ ਸੋਰੀ 21 20 ਤੇ 21 ਨੰਬਰ ਨੇ ਔਰ ਅਮਰ ਸ਼ਹੀਦ ਭਾਈ ਲਖਬੀਰ ਸਿੰਘ ਅਕੈਡਮੀ ਘਰਿਆਲੇ ਦੀ ਟੀਮ ਦੇ ਨੰਬਰ ਨੇ 23.5 21 ਤੇ 23.5 ਦੇ ਦਰਮਿਆਨ ਚੱਲਦਾ ਹੋਇਆ ਇਹ ਹਾਫ ਸਮੇਂ ਦੀ ਖੇਡ ਚੱਲ ਰਹੀ ਹੈ ਚੋਟੀ ਦੇ ਮੱਲ ਦੋਵਾਂ ਟੀਮਾਂ ਦੇ ਵਿੱਚ ਨੇ ਵੱਡੀਆਂ ਗੱਲਾਂ ਚੂਸਲੇਵੜ ਦੀ ਧਰਤੀ 'ਤੇ ਆਏ ਮੈਂ ਵੀ ਮੁੰਡਿਓ ਲਾ ਲਓ ਚੈਨ ਸੈੱਟ ਮੇਸ਼ੀ ਨੇ ਮੱਥਾ ਟੇਕਤਾ ਮੇਸ਼ੀ ਹਰਖੋਵਾਲੀਆ ਹੁਸ਼ਿਆਰਪੁਰੀਆ ਲਓ ਕਹਿੰਦੇ ਬਿਲਕੁਲ ਤਿਆਰ ਪਰ ਤਿਆਰ ਹੰਧਿਆਂ ਦੇ ਉੱਪਰ ਚੂਸਲੇਵੜ ਦੀ ਧਰਤੀ ਹੈ ਲਓ ਸਾਹਮਣੇ ਸੰਗਤਾਂ ਦੂਰ ਦੁਰਾਡੇ ਤੋਂ ਚੱਲ ਕੇ ਆਈਆਂ ਹੈ ਮੇਸ਼ੀ ਦੀ ਰੇਡ ਪੈ ਚੁੱਕੀ ਹੈ ਹਾਫ ਸਮੇਂ ਤੋਂ ਬਾਅਦ ਵਿੱਚ ਸਾਈਡਾਂ ਚੇਂਜ ਨੇ ਚੋਹਲਾ ਸਾਹਿਬ ਦੀ ਟੀਮ ਆਓ ਚਲੇਗੀ ਸਕੂਲ ਵਾਲੀ ਸਾਈਡ 'ਤੇ ਮੇਸ਼ੀ ਹਰਖੋਵਾਲੀਆ ਪਰਮਜੀਤ ਬਾਗੀ ਲਓ ਗੱਲ ਚੱਲਦੀ ਹੈ ਉਹਦੇ ਵਰਗਾ ਜੁੱਸਾ ਮੁੰਡੇ ਦਾ ਸਾਹਮਣੇ ਕਹਿੰਦੇ ਟੱਕਰ ਗੋਪੀ ਤੇਜਾ ਸਿੰਘ ਵਾਲੇ ਦੀ ਧਰਤੀ ਦਾ ਸਿੱਖ ਸਰਦਾਰ ਆਓ ਗਿੱਟਾ ਪੁੱਟਣ ਦੀ ਕੋਸ਼ਿਸ਼ ਪਰ ਪੁਆਇੰਟ ਰੇਡਰ ਦੇਸੇ ਹੈ ਅਮਰੀਕ ਸਿਆਹ ਲੰਮੀਆਂ ਲੰਮੀਆਂ ਲਾਂਗਾਂ ਵਾਲਾ
ਗੁਰਲਾਲ ਆ ਗਿਆ। ਆਓ ਸਾਹਮਣੇ ਕਹਿੰਦੇ ਗੁਰਲਾਲ ਦੀ ਕਬੱਡੀ ਪੈ ਰਹੀ ਉਸ ਵੇਲੇ ਖੇਡ ਦੇ ਮੈਦਾਨ ਦੇ ਵਿੱਚ। ਇੱਧਰ ਚਾਰ ਨੇ ਕਹਿੰਦੇ ਮੁੰਡੇ ਗਿੰਬਰ ਵਰਗੇ, ਆਓ ਵੱਡੇ ਮੱਲ ਨੇ ਨਾਲ ਕਹਿੰਦੇ ਰਾਜਾ ਪੱਧਰੀ ਵਾਲ, ਆਓ ਪੂਲਿਆਂ ਵਾਰਸ਼ ਕਹਿੰਦੇ ਗਵਾਂਢੀ ਪਿੰਡਾਂ ਦੇ ਮੁੰਡੇ ਨੇ, ਆ ਕਹਿੰਦੇ ਤਾਰੀ ਬਾਰਡਰ ਤੋਂ ਸੱਦਿਆ ਨੰਬਰ, ਕਹਿੰਦੇ ਰੇਡਰ ਦੇ ਹਿੱਸੇ ਜੁੜਦਾ ਹੋਇਆ ਆਹ ਨੰਬਰ ਗੁਰਲਾਲ ਆਪਣੀ ਟੀਮ ਲਈ ਜੋੜ ਗਿਆ। ਅਗਲੀ ਕਬੱਡੀ ਕਹਿੰਦੇ ਤਿੱਲਾ ਪਾਉਣ ਦੇ ਲਈ ਪੜਿਆ ਹੋਇਆ, ਪੋਲੇ ਪੋਲੇ ਕਦਮ ਵਿਰੋਧੀਆਂ ਦੇ ਬੜੇ ਪੜਿਆ ਮੇਰੇ ਮਿੱਤਰੋ। ਇੱਧਰ ਚਾਰ ਨੇ ਚਾਰੇ ਪਿਆਰ ਨੇ ਕਿ ਜੋੜ ਬਿਨਾ ਪੱਟਾਂ ਤੇ ਥਾਪੀ ਵੱਜਦੀ ਦਾ ਹੰਕਾਰ ਨਹੀਂ, ਇਹ ਰੁਤਬਾ ਮੂਸੇ ਵਾਲੇ ਦਾ। ਆਹ ਕਹਿੰਦੇ ਤਿੱਲਾ ਕਬੱਡੀ ਪਾ ਰਿਹਾ ਰਾਣੇ ਕਰ ਸਿਫਤ ਮੁੰਡੇ ਦੀ ਸਾਹਮਣੇ, ਕਹਿੰਦੇ ਦੁੱਲੇ ਦੀ ਰੇਡ ਪੈ ਚੁੱਕੀ ਹੈ। ਆ ਵੀਰ ਆ ਸਾਡਾ ਵੀਰ ਦੀ, ਕਹਿੰਦਾ ਕਿਸੇ ਭਰਾ ਦੇ ਪੈਸੇ ਡਿੱਗੇ ਹੈ, ਜਿਹੜੇ ਵੀਰ ਦੇ ਪੈਸੇ ਡਿੱਗੇ ਹੋਣ ਤੇ ਮਿਸਾਲ ਕਾਇਮ ਕੀਤੀ ਭਰਾ ਨੇ, ਕਹਿੰਦਾ ਮੇਰੇ ਕੋਲੋਂ ਪੈਸੇ ਲੈ ਜਾਵੇ ਭਰਾ ਬਣ ਕੇ, ਪਰ ਸਾਹਮਣੇ ਟੱਕਰ ਸਿਰੇ ਦੀ। ਥੋੜੀ ਗਰਾਊਂਡ ਕਲੀਅਰ ਕਰਦੀ ਹੈ ਜੀ, ਥੋੜੀ ਗਰਾਊਂਡ ਕਲੀਅਰ ਕਰੀਏ ਭਰਾ ਬਣ ਕੇ। ਸਾਰੇ ਵੀਰ ਨੇ ਪੁਆਇੰਟ ਜਾਪੀਆਂ ਦੇ ਸੇ ਆਏ, ਅਣੂ ਕਬੱਡੀ ਪਾ ਰਿਹਾ ਮੇਰੇ ਮਿੱਤਰੋ। ਲਓ ਬੁੱਢੇ ਥੇ ਦੀ ਧਰਤੀ ਦਾ ਕੋਈ ਲੜਾਕੂ ਜਹਾਜ਼ ਕਹਿੰਦਾ ਮੁੰਡੇ ਨੂੰ, ਪਈ ਹੋਈ ਰੇਡ ਹੈ ਨਵੀਂ ਪੂਲਿਆਂ ਵਾਲੇ ਅਰਸ਼ ਹੋ ਮੂਹਰੇ, ਜਾਂ ਕਹਿੰਦੇ ਭੂਰਿਆਂ ਵਾਲੇ ਗਿੰਦਰ ਨੂੰ ਚਾਰ ਤਿਆਰ। ਆਓ ਸਾਹਮਣੇ ਵੱਜਦੇ ਧੱਕੇ, ਇਹ ਲੱਗਦਾ ਯੋਰ ਹੁੰਦੀ ਹੋਈ ਬੱਲੇ ਬੱਲੇ ਦੇ ਪੁਆਇੰਟ ਰੇਡਰ ਦੇ ਹਿੱਸੇ ਹੈ। ਅਗਲੀ ਰੇਡ ਯੌਰ ਸਿੰਘ ਵਾਲੇ ਦੀ ਧਰਤੀ ਦਾ ਅਮਰੀਕ ਸਿੰਘ। ਆਓ ਸਾਹਮਣੇ ਕਹਿੰਦੇ ਐਸ ਪੀ ਦੀ ਕਬੱਡੀ ਪੈ ਰਹੀ ਹੈ, ਇਹ ਕਹਿੰਦੇ ਐਸ ਪੀ ਜੌਹਰ ਸਿੰਘ ਵਾਲੇ ਪਿੰਡ ਦਾ ਕਬੱਡੀ ਪਾਉਣ ਦੇ ਲਈ ਬਣਿਆ ਹੋਇਆ। ਚਾਰ ਨੇ ਚਾਰੇ ਪਿਆਰ ਨੇ ਅਰਸ਼, ਉਹ ਦੁਨੀਆ ਬਹੁਤ ਪਿਆਰ ਕਰਦੀ ਹੈ, ਦੁਨੀਆ ਬਹੁਤ ਪਿਆਰ ਕਰਦੀ ਹੈ। ਕੱਠ ਵੀ ਕਹਿੰਦੇ ਪੱਟਾ ਰੌਣਕਾਂ ਲੱਗੀਆਂ, ਅੱਜ ਚੂਸਰੇ ਵੜ ਪਿੰਡ ਦੇ ਵਿੱਚ ਬਹੁਤ ਵੱਡਾ ਮੇਲਾ ਮੇਰੇ ਮਿੱਤਰੋ, ਵੱਡੀ ਮੇਰ ਹੈ। ਕਹਿੰਦੇ ਪੀਰ ਸਖੀ ਸੁਲਤਾਨ ਜੀਆਂ ਦੀ ਕਿਰਪਾ ਹੈ, ਜਿਹੜਾ ਨੀਵਾਂ ਹੋ ਕੇ ਆਉਂਦਾ, ਜਿਹੜਾ ਸੱਚੇ ਮਨੋਂ ਆਉਂਦਾ, ਹਰ ਕੋਈ ਕਹਿੰਦੇ ਹਰ ਕੋਈ ਝੋਲੀਆਂ ਭਰ ਭਰ ਕੇ ਲਿਜਾਂਦਾ। ਇੱਧਰ ਕਬੱਡੀ, ਇਹਦਾ ਨਦੌਰ ਪਿੰਡ ਹੈ ਰਾਣੇ ਕਰ ਸਿੰਦਰ ਸਿੰਘ, ਨਦੌਰ ਪਿੰਡ ਵਾਲਾ ਕਬੱਡੀ ਪਾ ਰਿਹਾ ਮੇਰੇ ਮਿੱਤਰੋ। ਖੇਡ ਦੇ ਮੈਦਾਨ ਵਿੱਚ ਸ਼ਹੀਦਾਂ ਦੀ ਧਰਤੀ ਹੈ ਕਿ ਲੈ ਤੁਰਿਆ ਟੈਗਰਾਂ ਨੂੰ, ਮਨੋ ਦੀ ਚਾਹਲ ਕਰੀ ਕਮਾਲ, ਸੱਤੇ ਤੇ ਸੰਘੇ ਦੁਸ਼ਟ ਕਈ ਡੰਗੇ, ਪਰ ਸਾਹਮਣੇ ਟੱਕਰ ਪੂਲਿਆਂ ਵਾਲੇ ਅਰਸ਼ ਦੇ ਨਾਲ। ਏ ਬੱਲੇ ਬੱਲੇ ਬੱਲੇ, ਵਾਹ ਓਏ ਪੂਲਿਆਂ ਵਾਲਿਆ ਹੁਣ ਤੂੰ ਫਿੱਟ ਹੈ, ਪੂਲਿਆਂ ਵਾਲਿਆ ਹੁਣ ਤੂੰ ਸੁਪਰ ਹਿੱਟ ਹੈ। ਤਾੜੀ ਮਾਰ ਦਿਓ ਪਿਆਰੀ ਸਾਧ ਸੰਗਤ ਜੀ, ਪੂਲਿਆਂ ਵਾਲੇ ਅਰਸ਼ ਨੇ ਐਨ ਚੋਟੀ ਦਾ ਜਫਾ ਲਾ ਕੇ ਬੱਲੇ ਬੱਲੇ ਘਰਾਤੀ ਹੈ ਕੁੰਡੀ ਸਾਡਾ ਵੀ। ਅਰਸ਼ ਚੋਲਾ ਸਾਹਿਬ ਦੇ ਤਿੰਨ ਜੱਫੇ ਹੋ ਗਏ ਆ ਜੀ, ਪੈਸੇ ਪੁੱਜਦਾ ਕਰ ਦਿਓ ਮੱਖਣ ਸੰਧੂ। ਆਓ ਸੰਧੂਆਂ ਦਾ ਪੁੱਤ ਕਬੱਡੀ ਪਾ ਰਿਹਾ ਮੇਰੇ ਮਿੱਤਰੋ। ਸਾਲੇਵਾਲ ਤੋਂ ਬੱਦੋਵਾਲ ਤੋਂ ਦੋ ਟਰੈਕਟਰ ਜਿੱਤੇ ਆ ਮੁੰਡੇ ਨੇ, ਪਰ ਸਾਹਮਣੇ ਟੱਚ ਡਬਲ ਪੁਆਇੰਟ ਇਸ ਸਮੇਂ ਰੇਡਰ ਦੇ ਸੇ ਆਏ। ਲਓ ਲੰਬੀਆਂ ਲੰਬੀਆਂ ਲਾਂਘਾਂ ਵਾਲਾ ਅਮਰੀਕ ਸਿੰਘ, 16 ਵਾਲਾ ਗੁਰਲਾਲ ਆ ਗਿਆ। ਆਓ ਸਾਹਮਣੇ ਕਹਿੰਦੇ ਗੁਰਲਾਲ ਦੀ ਕਬੱਡੀ ਪੈਂਦੀ ਹੈ, ਇਹ ਕਹਿੰਦੇ ਗੁਰਲਾਲ 16 ਵਾਲਾ ਰੇਡ ਪਾਉਣ ਦੇ ਲਈ ਪੜਿਆ ਹੋਇਆ। ਇੱਧਰ ਚਾਰ ਨੇ ਚਾਰੇ ਤਿਆਰ ਨੇ, ਉਹ ਪੱਟਾਂ ਤੇ ਥਾਪੀ ਵੱਜਦੀ ਹੈ ਮੇਰੇ ਮਿੱਤਰੋ। ਮੇਲਾ ਕਹਿੰਦੇ ਬਹੁਤ ਉਹ ਪੱਟਾ ਚੱਲਦਾ, ਇਹ ਕਿਰਪਾ ਕਹਿੰਦੇ ਪ੍ਰਮਾਤਮਾ ਦੀ। ਆ ਕਹਿੰਦੇ ਗਿੰਬਰ ਹੈ, ਇਹਦਾ ਭੂਰੇ ਪਿੰਡ ਹੈ, ਉੱਧਰ ਕਹਿੰਦੇ ਇੱਕ ਵੱਡਾ ਰੋਲ ਹੈ, ਉੱਧਰ ਗਿੰਦੀ ਹੰਸਰਾ ਵੱਡਾ ਵੀਰ ਹੈ ਸਾਡਾ, ਅੱਜ ਕਹਿੰਦੇ ਭਰਾ ਪਹੁੰਚੇ ਹੋਏ ਨੇ। ਆਓ ਗਿੰਦੀ ਹੰਸਰਾ ਕਹਿੰਦੇ ਯਾਰ ਨੇ ਯਾਰਾਂ ਨੇ, ਵੀਰ ਨੇ ਵੀਰਾਂ ਨੇ, ਕਹਿੰਦੇ ਭਰਾ ਨੇ ਭਰਾਵਾਂ ਨੇ। ਆਓ ਦਿਲੋਂ ਧੰਨਵਾਦ ਆ ਵੱਡੇ ਭਰਾ ਦਾ। ਪਰ ਆਹ ਕਬੱਡੀ ਇਹ ਕਹਿੰਦੇ ਮੇਸ਼ੀ ਹੈ, ਇਹਦਾ ਹੁਸ਼ਿਆਰਪੁਰ ਜ਼ਿਲ੍ਹਾ, ਇਹ ਕਹਿੰਦੇ ਅਰਸ਼ ਉਹ ਤਿੰਨਾਂ ਦਾ ਕਹਿੰਦੇ 5000। ਉਹ ਬੱਲੇ 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 ਬੱਲੇ, ਕਬੱਡੀ 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 ਆਉਣੇ ਮੂਤੇ ਪੈ ਪੈ ਕੀ ਹੈ। ਓਏ ਆਉਂਦਾ ਨਜ਼ਾਰਾ ਮਾਝੇ ਵਾਲੇ, ਸੰਗਤਾਂ ਖੁਸ਼ ਨੇ, ਸੰਗਤ ਖੁਸ਼ ਤੇ ਰੱਬ ਖੁਸ਼। ਲਓ ਸਾਹਮਣੇ ਕਹਿੰਦੇ ਅਣੂ ਬੁੱਢੇ ਥੇ ਦੀ ਧਰਤੀ ਦਾ ਮੇਰੇ ਮਿੱਤਰੋ, ਖਿਲਾਰ ਕੇ ਬਾਹਾ ਰੇਡ ਪਾਉਣ ਲਈ ਵੱਧ ਚੁੱਕਿਆ ਹੈ ਚਾਰ ਪਿਆਰ ਤੇ ਟੱਕਰ। ਕਹਿੰਦੇ ਭੈਣੀ ਪਿੰਡ ਵਾਲੇ, ਉਹ ਭਾਲੇ ਦੇ ਨਾਲ ਹੋਈ ਹੈ ਡੈਜਿਟ ਲਾਈਨ, ਬਹਿਰੀਨ ਵਾਲੇ ਵੀਰ ਨੇ ਸਾਡੇ ਮਾਣ ਕਰਦੇ ਹੈ ਗੱਭਰੂ ਦੀ ਖੇਡ ਉੱਪਰ, ਪਰ ਵੱਜਦੇ ਧੱਕੇ ਤੇ ਪੁਆਇੰਟ
रेटर दे से है। अगली कबड्डी यह खीरामाल की धरती का मेरे मित्रों दुला कबड्डी पाउ नहीं बच चुका मेरे मित्रों जिले कपूरथले की धरती है। आओ सामने कहने जिले कपूरथले की धरती है इतना कहने खीरा वाली पिंड है जेडे पिंड के कहने बुलट वर्गे जेडे पिंड के गगी ने आओ ट्रैक्टर चिट्टे मेरे मित्रों बरेबर गोपी तेजा सिंह वाले पिंड का करदा ट्राई नंबर दुले ने जोड़ दिता है। आ कहने गुरलाल है इहदा सोल पिंड है इहदे चर्चे कहने दुनिया ने विच होए ने कि करता कैर चुभरा वे जो फौज किले नूं ढौंदी आओ कल राजे खेले दी सिद्धी तू कारजे पाउंदी सरपंच रशपाल सिंह दे नाम दे उपर वड्डे प्यार दित्ते आ वीरां ने पर हल्का टच ते पॉइंट सोलह वाला गुरलाल अपनी टीम दे से जोड़ चुके आए कल भी एस पी जोर सिंह वालिया मुड़िया पाठा कबड्डी वड्डा धन्नवाद अज कहिंदे साडे कबड्डी ऑस्ट्रेलिया लाइव ते माझा कबड्डी टीवी .com दे जरिए यह खेल मेला दुनिया भर में लाइव दिखाया जा रहा है पर सामने टक्कर सिरे दी लगदा यार हुंदी होई बल्ले 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 बीतदा समा ए सामने घड़ी दियां सुइयां टिक 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 ते पॉइंट यापियां दे से कौन है ए पवित्र सिंह जोगे वाली मुंडा है जिन्हें चोटी का जफा लगे हैं बल्ले बल्ले कराती है सोलह वाला गुरलाल अगली रेड पावेगा तां अमरीक आओ सामने कहने गुरलाल की कबड्डी पै रही है ये कहने गुरलाल सोलह की धरती का रेड पाने लिए बढ़िया होया उधर कहने चारे जाफी मेरे मित्रों ये बड़े मल ने बड़िया गलों ने बड़ी मेहनत है बड़े संघर्ष ने आओ कहने गुरलाल एक तगड़ा नंबर जोड़ता नौजवान अपनी टीम के लिए मखना पाओ कौडी नौजवान लो मखण कबड्डी पाउण लई वध चुक्के मेरे मित्रों खेड़ दे मैदान विच भारे वीर होनी रूप वीर होनी लाल वड्डा धन्नवाद वीरां दा लाओ सामने पॉइंट रेडर दे से टच डबल ते मखण ने शानदार नंबर अपनी टीम दे से जोड़ दिता है। अगले मैच दीआं टीमां जल्दी नाल आउणगीआं अगले मैच दीआं टीमां गल चलेगी सरदार हरी सिंह कबड्डी क्लब मेलबोर्न ते लो पर सामने टक्कर आ पूरिया वाला केंद्र ए बल्ले 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 बीतदा समा बाबा जी उधर देखो पहला आओ लगदा यार पूरिया वाला केंद्र 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 ए सामने टक्कर फर के गुट कहिंदा शुट बगाना पुत ए लगदा यार हुण ता केंद्र आओ सामने ताड़ी मार दो प्यारी सास ए वाकई कहने चोटी दा माला मेरे मित्रों के पहली बनदे ने अज दे ने आने बल्लीए असी बोलदे नहीं खुंड हां पराने बल्लीए आओ कहने भूरे वाले ने बल्ले बल्ले करवा दित्ती है। अगली कबड्डी कहने तल्ले भी पैंदी है उबर कहने सरदार कुलवंत सिंह जी आए हुए ने ओ चोला साहब दी धरती है अर्श पुजाए ते कहने बापू नाल आया होया भी बड़ा मेला एक करता मेला एक गोपी है इधर तेजा सिंह वाला पिंड है जिन्हें कहने बल्ले बल्ले करवाते अगली रेड रोड़िया सोलह वाले गुरलाल दी पै चुकी सरपंच दरियासत दे नाम दे उपर बड़े प्यार आया बाबा जी दे के गए हैं बाबा जी बहुत बहुत धन्यवाद हुण भावे पैसे पूसे रहन दियो पर सामने गल चलेगी मां खेड़ कबड्डी दी आओ सोलह वाले गुरलाल दे नाल टक्कर एक पासे कच्चे पक्के वाला मनदीप पर सामने पॉइंट रेटर दे से जुड़ चुके आए काका कलेर साडा वीर है मक्खण पट्टी वाला सरदार कुलवंत सिंह कीडो सिंधु साहब वड्डिया जिम्मेवारियां ने लो एस पी जौर सिंह वाले की धरती का मेरे मित्रों चूसले वाले की धरती दे धन धन पीर बाबा शखी सुल्तान जी की याद के तीजे दिन का खेड मेला है वजदे धक्के के सामने चलान कटिया गया है नंबर अर्श चोला साहब की धरती का अपनी टीम दे से जोड़ चुकया है। अगली रेड अमरीक वीर गल करूगा आओ सामने अगली रेड देखांगे भी कौन पावेगा ये कहिंदे बड़ा मल है अज दे टाइम दा नौजवान कहिंदे इस वेले ये कहिंदे अनू बुढ़ा थे भी धरती दा प्यास दा लक है रजे दा लक है आओ चोटी चोटी दे मल कहिंदे आओ नंबर रेडर दे इससे जुड़दा होया अनू ने कहिंदे कि तगड़ा नंबर अपनी टीम लई जोड़ दिता है एवें चर्चे कहिंदे अमरीका दे विच होए है जदों पहली लीग होई उदों भी कहिंदे बल्ले बल्ले करवाई
दूजी लीग दे विच कहिंदे तुरिया ने इह मुंडे नूं पीटीसी मैं देखिया मेरे मित्र जिहड़ा हुण कबड्डी पाउण दे लई पड़िया होया है इधर पड़ाके 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 अज धरती कहिंदे चूसरे वण पिंड दी इह कहिंदे मक्खी घरां वाला मक्खण संधु है रण कारगिल मुंडे ने मक्खण दी टक्कर सामने पवित्र दे नाल इक पासे जोगे वालिया ते दूजे पासे ओ वाह ओए मखणा बखर ने शानदार पॉइंट अपनी टीम दे से जोड़ दिता है राणा चूसले वड़िया मेरा वीर है वड्डे वड्डे खेड मेले कराउंदे आए वीर दे नाम दे उपर वड्डे प्यार आए आए लो सामने सोना वाला गुरलाल हल्का टच लाके दे पॉइंट अपनी टीम दे से जोड़ चुके आए भारे भरा होनी बैठे आए नाल सितारे वीर होनी रूप सरपंच होनी वीर ने साडे और वड्डा धन्नवाद है सुरेंद्र सिंह मिंटू मिंटू खेरा वीर है साडा सरदार निर्मल सिंह दे घर दा वारस वड्डियां गल्लां है अज चूसले वर दी धरती उपर लाओ सामने मेशी हरखो वालिया हल्का टच ला पॉइंट अपनी टीम दे से योर चुकिया है अगली रेड वड्डे थे वाला अन्नू भजा आउंदा है एक वीर दे पैसे डिगे लफाफे विच ते ओ विरदी साउंड वाले भरा कोल है लाल लफावे में जो पैसे सन कृपा करके जेडे भी वीर दे पैसे डिगे आए वो पैसे लै जाओ भरा बन के धन्यवाद है ना भी मिसाल पैदा की भरा विरती ने पर सामने अनु बुढ़ा थे दी धरती का हल्का टच ला के पॉइंट अपनी टीम दे से जोड़ चुके आए सोनी कोच वीर है साडा वड्डिया जिम्मेवारियां ने तो दुल्ला खीरावाल की धरती का बुलट के पिंड का मुंडा कबड्डी पाली बच चुके मेरे मित्रों पई हुई रेड ते खोसे कोटने वाला आओ सामने कहते कबड्डी पै रही इस वेले खेड दे मैदान दे विच देखांगे बल्ले बल्ले किहड़े गभरू ने करवाउणी है कौन दो हथ करदा मेरे मित्रों इस मुंडे दे नाल ए खीरा वालिया कहते दुल्ला ते अरशो आओ कहते टक्कर सिरे दे पर कहते दुल्ला एक तकड़ा नंबर जोड़ गया नौजवान अपनी टीम दे लई गुरलाल है इहदा सोल पिंड है मेरे मित्रों अज कहते चोटी के मुकाबले ये चूसरे वड़ पिंड दे विच अगला मैच भी कहते बहुत वधिया खेडिया जाना अगला मैच भी है चोटी का मैच खेडिया जाएगा आ भी मैच चोटी का है लो सामने कहते गल्लां वड्डियां ने दोवें टीमां अगले मैच दी भी ग्राउंड में आ गई है हाँ जी सोनी जी लो सामने कहते मेशी हरखो वालिया रेड पा रहा मेरे मित्रों टक्कर सामने चोला साहब की धरती के अर्श नाल होई है चल भी गुरलाल सिंह पा खा कबड्डी विशेष सन्मान सैम चूसले वड़ कबड्डी का उभरता होया प्लेयर है साढ़े अंग्रेज हलवाई मंगा महमूदपुर गुरवेल आसल गुरभेज वाह तारा सिंह गुरसाब संधु वालों कीता जाएगा राजा पत्री वाला ते सोना वाला आओ कहते राजा आप छड़ के आया कमाल हो गई है आओ बल्ले बल्ले होगी मेरे मित्रों आओ कहते चोटी चोटी दे मल हुण जितना कीने आ कोई पता नहीं अगला मैच भी कहते चोटी का खेडिया जाना है अगला मैच भी कहते चोटी का खेडिया जाना है उत्थे कहते रूपी संगरूर होने अर्च खख होनी उत्थे कहते पिंडे खैर होनी वीर ने ते नाल कहते सतनाम खेड़ी चहला होना उत्थे गिद्दी हंसरा पाल ढिलवा ये सारे कहते वीर ने साडे धन्नवाद वड्डे भरावां दा मनु कलेर होने रंधावे होनी मिंटू खैरे होनी मनु होनी कहते पहुंचे हुए ने अज वड्डा मेला कहते पिंडां दा एरिए दा इलाके दा माझे दा वड्डा मेला चल रहा है आओ वड्डा मेला नबी दीप दबोर जी पहला ही ऐलान हो गया पारा मोड़ वाला कहिंदा दीप दबोर जी दीआं जिंदियां रेडां नाल रूप सरपंच होनी सितारे वीर होनी दो दो सौ रुपए देंगे वड्डियां गल्लां होणगियां अगले मैच विच भी मेरे मित्रों मिंटू साडा वीर उच्चे तौर ते मेलबर्न आस्ट्रेलिया तो चल के आया है अज पिंड दा मेला घर दा मेला है आओ पत्री वाला राजा आओ टकराओ आओ सामने लगदा योर उखर दे पैर ते अणु बुढ़े थे दी धरती दा ताड़ियां मरा गया बल्ले बल्ले करा गया है मैच समाप्त है इहदा लेखा जोखा की है दस्या जावेगा लेखा जोखा की है अंबिया अग निकल रही है
एंड चोटी का मैच अभी खेल जाए दसीए जी कि टीम फाइनल में प्रवेश कर गई है। फैसले अधूरे ने दसीए जी कि टीम जेतू रही है। हैप्पी चोले वाला हैप्पी धन्यवाद है दिलों दवावां ने सरदार कुलवंत सिंह जी साडे सत्कार दे योग ने। दसीए जी की फैसले फैसले अधूरे ने। रिंकू खहरा मेरा वीर मेरे नाल संपर्क करेगा। रिंकू खहरा साढ़े तोती शाह जी हरी कैम वाले विशेष तौर पर पहुंचे हुए ने असी दिलों धन्यवाद भी करते हैं सत्कार दे योग ने। दसिए जी किन्ने किन्ने पॉइंट ने चलते मैच में दसांगे। अमर शहीद भाई लखमीर सिंह अकैडमी घरियाले की टीम के नंबर रहने 36 और श्री गुरु अर्जन देव जी स्पोर्ट्स क्लब चोला साहब की टीम के जेतू नंबर 38 चलते मैच में चोला साहब जेतू। लै भी मक्खण संधु साहब आ जाइए तुहाडा मान सम्मान करना है। अंकल अर्श के पैसे आए आ गए कि नहीं अर्श के पैसे आ गए। मनदीप अगला मैच चोटी का होना है बड़ा बढ़िया मुकाबला है। इधर साढ़े प्रताप सिंह जी आए हुए ने मखण जी आ रही है। मखण संधु साडा वीर है अंग्रेज सरी कनेडा नाल मनदीप प्रिंसीपल साहब बहुत बहुत धन्यवाद मखण जी तुहाडा मान सम्मान कर दिए। फिर अगला मैच भी चोटी का मैच खेडिया जाना है। अगला मैच वो भी चोटी का मैच खेडिया जाएगा। गल्लां वड्डियां होणगियां वड्डियां वाहिगुरू आ मैच जिहड़े बहुत तगड़ा खेड मैदान दे विच खेडिया जाणा है। चोटी दे खिडारी महंगे मुल दे खिडारी जिहड़े खेड मैदान दे विच पुज्जे है महंगे मुल दे खिडारी जिहड़े पहुंचे ने धन्नवाद है। और उत्थे पंजाब पुलिस तो साडे बहुत ही सत्कार दे योग ने एएसआई सरदार सुरजीत सिंह जी थाणा सदर पट्टी तो सत्कार दे योग ने सरदार सुरजीत सिंह जी पंजाब पुलिस की बहुत वड्डी शख्सियत।